ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ ਕਨਸਟੇਬਲ ਦਾ ਜੋ ਪੇਪਰ 16 ਅਗਸਤ ਨੂੰ ਈਵਨਿੰਗ ਸ਼ਿਫਟ ਦੇ ਵਿੱਚ ਹੋਇਆ ਹੈ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਉਹ ਮੈਂ ਤੁਹਾਨੂੰ ਕਰਵਾਉਂਗਾ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਤੇ ਸਾਰੇ ਜਣੇ ਟੈਲੀਗ੍ਰਾਮ ਜਰੂਰ ਜੋਇਨ ਕੋਈ ਵੀ ਛੋਟਾ ਵੱਡਾ ਤੇ ਜ਼ਰੂਰੀ ਅਪਡੇਟ ਦੇਣਾ ਹੁੰਦਾ ਹੈ ਮੈਂ ਟੈਲੀਗ੍ਰਾਮ ਦੇ ਉੱਤੇ ਪਾ ਦਿੰਦਾ ਹਾਂ ਤੇ ਮੈਂ ਇੱਕ ਜੋ ਵੀਡੀਓ ਪਾਈ ਸੀ ਜਿਸ ਦੇ ਵਿੱਚ ਮੈਂ 60 ਪਲੱਸ ਕੁਐਸਚਨ ਪੰਜਾਬ ਜੀਕੇ ਦੇ ਕਰਵਾਏ ਸੀ ਉਸ ਵਿੱਚੋਂ ਉਸ ਵੀਡੀਓ ਵਿੱਚੋਂ ਕਾਫੀ ਕੁਐਸਚਨ ਅਲੱਗ-ਅਲੱਗ ਸ਼ਿਫਟਾਂ ਦੇ ਵਿੱਚ ਅਕੀਲੇ ਨਾਲ ਰਿਲੇਟਡ ਜੋ ਕੁਐਸਚਨ ਆਇਆ ਸੀ ਉਹ ਮੈਂ ਕਰਵਾਇਆ ਹੋਇਆ ਇਸ ਵੀਡੀਓ ਚ ਠੀਕ ਹੈ ਸੋ ਇਹ ਵੀਡੀਓ ਸਾਰੇ ਜਣੇ ਜਰੂਰ ਦੇਖ ਲਿਓ ਤੇ ਨਾਗਰਿਕਤਾ ਨਾਲ ਰਿਲੇਟਡ ਹਰੇਕ ਸ਼ਿਫਟ ਦੇ ਵਿੱਚ ਕੁਐਸਚਨ ਆ ਰਹੇ ਆ ਇਹ ਮੈਂ ਸਾਰੇ ਪਾਤੇ 5 ਤੋਂ ਲੈ ਕੇ 11 ਜੋ ਆਰਟੀਕਲ ਹੈ ਉਸ ਦੇ ਵਿੱਚ ਨਾਗਰਿਕਤਾ ਹੁੰਦੀ ਹੈ ਠੀਕ ਹੈ ਸਾਰੇ ਆਰਟੀਕਲ ਮੈਂ ਲਿਖ ਕੇ ਪਾਤੇ ਕਿ ਕਿਹੜੇ ਆਰਟੀਕਲ ਦੇ ਵਿੱਚ ਨਾਗਰਿਕ ਨਾਗਰਿਕਤਾ ਨਾਲ ਰਿਲੇਟਡ ਕੀ ਕੀ ਹੈ ਠੀਕ ਹੈ ਸੋ ਇਹ ਜਰੂਰ ਪੜ ਲਿਓ ਤੁਸੀਂ ਇੱਕ ਵਾਰੀ ਟੈਲੀਗ੍ਰਾਮ ਦੇ ਉੱਤੇ ਜਾ ਕੇ ਜੀਕੇ ਫੈਕਟ ਸਰਚ ਕਰਕੇ ਠੀਕ ਹੈ ਚਲੋ ਹੁਣ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਦੇ ਕੁਐਸਚਨ ਇਸ ਸ਼ਿਫਟ ਦੇ ਵਿੱਚ ਪੁੱਛੇ ਗਏ ਅਸ਼ੋਕ ਮਹਿਤਾ ਕਮੇਟੀ 1977 ਦੇ ਵਿੱਚ ਹੀ ਕਮੇਟੀ ਬਣਾਈ ਗਈ ਠੀਕ ਹੈ ਕਿਉਂ ਬਣਾਈ ਗਈ ਇਹ ਕਮੇਟੀ ਪੰਚਾਇਤ ਰਾਜ ਦੇ ਅਧਿਕਾਰਾਂ ਦਾ ਮੁਲਾਂਕਣ ਕਰਨ ਦੇ ਲਈ ਇਸ ਕਮੇਟੀ ਦਾ ਗਠਨ ਕੀਤਾ ਗਿਆ ਠੀਕ ਹੈ ਪੰਚਾਇਤ ਰਾ ਦੇ ਅਧਿਕਾਰਾਂ ਦਾ ਮੁਲਾਕਨ ਕਰਨ ਲਈ ਇਹ ਕਮੇਟੀ ਬਣਾਈ ਗਈ ਤੇ ਸਾਰੇ ਜਣੇ ਨੰਬਰ ਦੇ ਉੱਤੇ ਜਰੂਰ ਮੈਸੇਜ ਕਰ ਲਿਓ ਜੋ ਸਕਰੀਨ ਦੇ ਉੱਤੇ ਆ ਰਿਹਾ ਹੈ ਕੋਈ ਵੀ ਜਾਣਕਾਰੀ ਹੋਵੇ ਮੈਂ ਸਟੇਟਸ ਪਾ ਕੇ ਦੱਸ ਦਿੰਨਾ ਜਦੋਂ ਤੁਹਾਡਾ ਮੈਸੇਜ ਆਊਗਾ ਮੈਂ ਨੰਬਰ ਸੇਵ ਕਰ ਲਊਗਾ ਤੇ ਜਿਨ੍ਹਾਂ ਨੇ ਪੀਡੀਐਫ ਲੈਣੀ ਹੈ 250 ਚ ਪੀਡੀਐਫ ਲੈ ਸਕਦੇ ਆ ਮੇਰੇ ਨੰਬਰ ਦੇ ਉੱਤੇ Google Pay ਫੋਨ ਪੇ ਜਾਂ Paytm ਰਾਹੀਂ 250 ਸੈਂਡ ਕਰ ਦਿਓ ਤੁਹਾਨੂੰ ਪੀਡੀਐਫ ਮਿਲ ਜਾਊਗੀ ਜਿਸ ਦੇ ਵਿੱਚ ਸਾਰਾ ਸਿਲੇਬਸ ਕਵਰਡ ਹੈ ਠੀਕ ਹੈ ਪਲੱਸ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਮਿਲਣਗੇ ਉਸ ਦੇ ਨਾਲ ਤੇ ਮੌਕ ਟੈਸਟ ਮਿਲਣਗੇ 15 ਪ੍ਰੈਕਟਿਸ ਦੇ ਲਈ ਠੀਕ ਹੈ ਚਲੋ ਨੈਕਸਟ ਕੁਐਸਚਨ ਹੈ ਕਿਸ ਰਾਜ ਨੇ ਲੇਕ ਲੜਕੀ ਯੋਜਨਾ ਸ਼ੁਰੂ ਕੀਤੀ ਠੀਕ ਹੈ ਲੇਕ ਲੜਕੀ ਯੋਜਨਾ ਕਿਸ ਰਾਜ ਨੇ ਸ਼ੁਰੂ ਕੀਤੀ ਮਹਾਰਾਸ਼ਟਰ ਨੇ ਠੀਕ ਹੈ ਇਸ ਯੋਜਨਾ ਦੇ ਤਹਿਤ 18 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਲੇਕ ਲੜਕੀ ਨੂੰ 75000 ਰੁਪਏ ਦਿੱਤੇ ਜਾਣਗੇ ਮਹਾਰਾਸ਼ਟਰ ਸਰਕਾਰ ਵੱਲੋਂ ਇਹ ਲੜਕੀਆਂ ਲਈ ਲੇਕ ਲੜਕੀ ਯੋਜਨਾ ਸ਼ੁਰੂ ਕੀਤੀ ਗਈ ਹੈ ਪੰਜਾਬ ਦੀਆਂ ਰਾਜ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ ਕਿੰਨੀਆਂ ਸੀਟਾਂ ਇਹ ਕੁਐਸਚਨ ਰਾਜ ਸਭਾ ਨਾਲ ਕੁਝ ਰਿਲੇਟਡ ਸੀ ਠੀਕ ਹੈ ਕੁਝ ਕੈਂਡੀਡੇਟ ਕਹਿ ਰਹੇ ਕਿ ਇਹ ਕੁਐਸਚਨ ਆਇਆ ਪਰ ਇਹ ਕਨਫਰਮ ਨਹੀਂ ਕਿ ਇਹ ਹੀ ਸੇਮ ਆਇਆ ਬਾਕੀ ਜਿਨ੍ਹਾਂ ਨੇ ਪੇਪਰ ਦਿੱਤਾ ਦੱਸ ਦਿਓ ਕਿਸ ਤਰ੍ਹਾਂ ਦਾ ਕੁਐਸਚਨ ਆਇਆ ਰਾਜ ਸਭਾ ਨਾਲ ਰਿਲੇਟਡ ਠੀਕ ਹੈ ਪਰ ਫਿਰ ਵੀ ਮੈਂ ਤੁਹਾਨੂੰ ਕਰਵਾ ਦਿੰਦਾ ਹਾਂ ਕਿਉਂਕਿ ਆਉਣ ਵਾਲੀਆਂ ਸ਼ਿਫਟਾਂ ਦੇ ਵਿੱਚ ਹੋ ਸਕਦਾ ਆ ਜੇ ਰਾਜ ਸਭਾ ਦੀਆਂ 7 ਸੀਟਾਂ ਲੋਕ ਸਭਾ ਦੀਆਂ 13 ਸੀਟਾਂ ਤੇ ਵਿਧਾਨ ਸਭਾ ਦੀਆਂ 117 ਸੀਟਾਂ ਠੀਕ ਹੈ ਸੋ ਇਹ ਯਾਦ ਰੱਖਣਾ ਤੁਸੀਂ ਰਾਜ ਸਭਾ ਦੀਆਂ 7 ਲੋਕ ਸਭਾ ਦੀਆਂ 13 ਵਿਧਾਨ ਸਭਾ ਦੀਆਂ 117 ਨੈਕਸਟ ਜੋ ਕੁਐਸਚਨ ਆਇਆ ਉਹ ਨਾਗਰਿਕਤਾ ਨਾਲ ਰਿਲੇਟਡ ਆਇਆ ਸਿਟੀਜ਼ਨਸ਼ਿਪ ਨਾਲ ਰਿਲੇਟਡ ਹਰੇਕ ਸ਼ਿਫਟ ਦੇ ਵਿੱਚ ਕੁਐਸਚਨ ਆ ਰਹੇ ਆ ਇਸ ਦੇ ਵਿੱਚ ਇਹ ਪੁੱਛਿਆ ਗਿਆ ਕਿ ਜਿਹੜੀ ਨਾਗਰਿਕਤਾ ਉਹ ਕਿੰਨੇ ਤੋਂ ਕਿੰਨੇ ਆਰਟੀਕਲ ਦੇ ਵਿੱਚ ਆਉਂਦੀ ਹੈ ਤਾਂ 5 ਤੋਂ 11 ਆਰਟੀਕਲ ਦੇ ਵਿੱਚ ਆਉਂਦੀ ਹੈ ਤੇ ਭਾਗ 2 ਠੀਕ ਹੈ ਸੋ ਇੱਕ ਇੱਕ ਜੋ ਆਰਟੀਕਲ ਹੈ 5 ਤੋਂ 11 ਤੱਕ ਉਹ ਮੈਂ ਟੈਲੀਗ੍ਰਾਮ ਦੇ ਉੱਤੇ ਪਾ ਦਿੱਤਾ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਰੂਰ ਤੁਸੀਂ ਸਾਰੇ ਆਰਟੀਕਲ ਪੜ੍ਹ ਕੇ ਜਾਓ ਪੇਪਰ ਵਿੱਚ ਇਹਨਾਂ ਬਾਰੇ ਪੁੱਛਿਆ ਜਾਊਗਾ ਠੀਕ ਹੈ ਨੈਕਸਟ ਜਿਹੜਾ ਪੁੱਛਿਆ ਗਿਆ ਆਰਟੀਕਲ 48 ਬਾਰੇ ਪੁੱਛਿਆ ਗਿਆ ਠੀਕ ਹੈ ਸੋ ਇਹ ਨਿਰਦੇਸ਼ਕ ਸੰਧਾਤਾ ਵਿੱਚੋਂ ਇੱਕ ਹੈ ਜੋ ਰਾਜ ਨੂੰ ਗਊ ਗਊਆਂ ਅਤੇ ਬੱਚਿਆਂ ਤੇ ਹੋਰ ਦਦਾਰੂ ਤੇ ਡਰਾਫਟ ਪਸ਼ੂਆਂ ਦੇ ਜਾਨਵਰਾਂ ਦੇ ਕਤਲੇਆਮ ਤੇ ਪਾਬੰਦੀ ਲਗਾਉਣ ਲਈ ਯਤਨ ਕਰਨ ਦਾ ਨਿਰਦੇਸ਼ ਦਿੰਦਾ ਹੈ ਮਤਲਬ ਜਿਹੜੇ ਆਪਣੇ ਜਾਨਵਰਾਂ ਗਊਆਂ ਐ ਆਪਣੇ ਬੱਚੇ ਐ ਹੋਰ ਦੁੱਧ ਦੇਣ ਵਾਲੇ ਜਾਨਵਰਾਂ ਜਾਂ ਹੋਰ ਪਸ਼ੂਆਂ ਠੀਕ ਐ ਉਹਨਾਂ ਦੇ ਕਤਲੇਆਮ ਦੇ ਉੱਤੇ ਪਾਬੰਦੀ ਲਗਾਉਣ ਦਾ ਇਹ ਆਰਟੀਕਲ ਨਿਰਦੇਸ਼ ਦਿੰਦਾ ਹੈ ਆਰਟੀਕਲ 48 ਠੀਕ ਐ ਨੈਕਸਟ ਗੇਮ ਨਾਲ ਰਿਲੇਟਡ ਕੁਐਸਚਨ ਆਇਆ ਹੋਇਆ ਸ਼ਤਰੰਜ ਨਾਲ ਠੀਕ ਹੈ ਸ਼ਤਰੰਜ ਚੈਂਪੀਅਨ 2022 ਕੌਣ ਹੈ ਤਾਂ ਚੀਨ ਦੇ ਲਿੰਗ ਲਰੇਨ ਨੇ ਇਹ ਚੈਂਪੀਅਨਸ਼ਿਪ ਜਿੱਤੀ ਸ਼ਤਰੰਜ ਦੀ ਠੀਕ ਹੈ 2022 ਦੇ ਵਿੱਚ ਨੈਕਸਟ ਪੁੱਛਿਆ ਗਿਆ ਹਾਈ ਕੋਰਟ ਦੇ ਜਿਹੜੇ ਜੱਜ ਹੈ ਉਹਨਾਂ ਦੀ ਮੈਕਸਿਮਮ ਰਿਟਾਇਰਮੈਂਟ ਦੀ ਉਮਰ ਪੁੱਛੀ ਗਈ ਕੁਝ ਇਸ ਤਰ੍ਹਾਂ ਦਾ ਕੁਐਸਚਨ ਆਇਆ ਤਾਂ ਹਾਈ ਕੋਰਟ ਦੇ ਜੱਜਾਂ ਦੀ 60 ਸਾਲ ਹੁੰਦੀ ਹੈ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ 65 ਸਾਲ ਠੀਕ ਹੈ ਤੇ ਇਹਨਾਂ ਨੂੰ ਕੌਣ ਚੁਣ ਨਿਯੁਕਤੀ ਕੌਣ ਕਰਦਾ ਹੈ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਪ੍ਰੈਜ਼ੀਡੈਂਟ ਜਨਿਕੇ ਰਾਸ਼ਟਰਪਤੀ ਦੁਆਰਾ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਤੇ ਕਿਸ ਧਾਰਾ ਦੇ ਅਧੀਨ ਕੀਤੀ ਜਾਂਦੀ ਹੈ ਧਾਰਾ 124 ਠੀਕ ਹੈ ਰਾਸ਼ਟਰਪਤੀ ਦੁਆਰਾ ਨਿਯੁਕਤੀ ਕੀਤੀ ਜਾਂਦੀ ਹੈ ਧਾਰਾ 100 24 ਸੁਪਰੀਮ ਕੋਰਟ ਦੇ ਜੱਜਾਂ ਦੀ ਠੀਕ ਹੈ ਤੇ ਸੁਪਰੀਮ ਕੋਰਟ ਦਾ ਜਿਹੜਾ ਪੂਰਾ ਜ਼ਿਕਰ ਕੀਤਾ ਗਿਆ ਹੈ ਤਾਂ ਉਹ ਆਰਟੀਕਲ 124 ਤੋਂ 147 ਦੇ ਵਿੱਚ ਸੁਪਰੀਮ ਕੋਰਟ ਦਾ ਜ਼ਿਕਰ ਕੀਤਾ ਗਿਆ ਹੈ ਆਉਣ ਵਾਲੀ ਸ਼ਿਫਟਾਂ ਦੇ ਵਿੱਚ ਪੁੱਛਿਆ ਜਾ ਸਕਦਾ ਤੁਹਾਨੂੰ ਠੀਕ ਹੈ ਜੇ ਇਹ ਕੁਐਸਚਨ ਆ ਦੇ ਕਿ ਸੁਪਰੀਮ ਕੋਰਟ ਦੀ ਸਥਾਪਨਾ ਨਾਲ ਰਿਲੇਟਡ ਕਿਹੜਾ ਆਰਟੀਕਲ ਰਿਲੇਟਡ ਹੈ ਤਾਂ 124 ਉਸ ਦਾ ਸਹੀ ਆਨਸਰ ਹੋ ਜੂਗਾ ਠੀਕ ਹੈ ਨੈਕਸਟ ਆ ਗਿਆ ਜਿਹੜਾ 23ਵਾਂ ਐਕਟ ਪਾਸ ਕੀਤਾ ਗਿਆ 23ਵੀਂ ਸੂਤ ਪਾਸ ਕੀਤੀ ਗਈ ਉਹ ਕਦੋਂ ਪਾਸ ਕੀਤੀ ਗਈ ਕੁਝ ਇਸ ਤਰ੍ਹਾਂ ਦਾ ਕੁਸ਼ਚਨ ਆਇਆ ਉਹਗੇ ਦੱਸਦਾ ਮੈਂ ਤੁਹਾਨੂੰ ਪਰ ਇਸ ਦੇ ਬਾਰੇ ਦੇਖ ਲਓ ਇਸ ਦੇ ਵਿੱਚ ਕੀ ਕੀ ਸੀ ਠੀਕ ਹੈ ਜਿਹੜਾ 23ਵਾਂ ਸੰਸ਼ੋਧਨ ਐਕਟ ਹੈ ਇਹ ਜਿਸ ਨੂੰ ਅਧਿਕਾਰਿਕ ਤੌਰ ਤੇ 23ਵੀਂ ਸੋਧ ਵੀ ਕਿਹਾ ਜਾਂਦਾ ਠੀਕ ਹੈ ਅ 23ਵੀਂ ਸੋਧ ਐਕਟ 1969 ਵੀ ਕਿਹਾ ਜਾਂਦਾ ਇਸ ਨੂੰ ਠੀਕ ਹੈ ਇਸ ਸੋਧ ਨੇ ਅਨਸੂਚਿਤ ਜਾਤੀਆਂ ਅਤੇ ਅਨਸੂਚਿਤ ਕਬੀਲਿਆਂ ਅਤੇ ਐਗਲੋ ਇੰਡੀਅਨ ਦੀ ਨੁਮਾਇੰਦਗੀ ਲਈ ਸੀਟਾਂ ਦੇ ਰਾਖਵੇਂ ਕਰਨ ਦੀ ਮਿਆਦ ਵਧਾ ਦਿੱਤੀ ਹੈ ਠੀਕ ਹੈ ਅਨੁਸੂਚਿਤ ਜਾਤੀਆਂ ਸੂਚਿਤ ਕਬੀਲਿਆਂ ਅਤੇ ਐਗਲੋ ਇੰਡੀਅਨ ਦੇ ਨਮਾਇਦਿਆਂ ਲਈ ਸੀਟਾਂ ਦੇ ਰਾਖਵੇਂ ਕਰਨ ਦੀ ਮਿਆਦ ਨੂੰ ਵਧਾਇਆ ਗਿਆ ਇਸ ਸੋਧ ਦੇ ਵਿੱਚ ਠੀਕ ਹੈ ਤੇ ਇਹ ਸੋਧ ਜਿਹੜੀ 23ਵੀਂ ਸੋਧ ਹੈ ਇਹ ਕਦੋਂ ਪਾਸ ਹੋਈ 17 ਦਸੰਬਰ 1969 ਦੇ ਵਿੱਚ ਪਾਸ ਹੋਈ ਤੇ ਇਸ ਨੂੰ ਮਨਜ਼ੂਰੀ ਕਦੋਂ ਮਿਲੀ 23 ਜਨਵਰੀ 1970 ਦੇ ਵਿੱਚ ਠੀਕ ਹੈ ਪੇਪਰ ਦੇ ਵਿੱਚ ਹੁਣ ਮਨਜ਼ੂਰੀ ਪੁੱਛਿਆ ਗਿਆ ਜਾਂ ਪਾਸ ਪੁੱਛਿਆ ਗਿਆ ਇਹ ਮੈਨੂੰ ਨਹੀਂ ਪਤਾ ਸੋ ਆਨਸਰ ਮੈਂ ਤੁਹਾਨੂੰ ਦੱਸਤੇ ਇਹਨਾਂ ਦੋਨਾਂ ਚੋਂ ਇੱਕ ਕੁਐਸਚਨ ਆਇਆ ਕਿ ਪਾਸ ਕਦੋਂ ਹੋਇਆ ਜਾਂ ਮਨਜ਼ੂਰੀ ਕਦੋਂ ਦਿੱਤੀ ਗਈ ਠੀਕ ਹੈ ਜੇ ਤਾਂ ਮਨਜ਼ੂਰੀ ਆਇਆ ਤਾਂ ਉਸਦਾ ਆਨਸਰ ਇਹ ਹੋਊਗਾ ਰਾਈਟ 23 ਜਨਵਰੀ 1970 ਜੇ ਪਾਸ ਆ ਗਿਆ ਫਿਰ 17 ਦਸੰਬਰ 1969 ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਕੁਐਸਚਨ ਰਾਸ਼ਟਰ ਮੰਡਲ ਖੇਡਾਂ ਨਾਲ ਰਿਲੇਟਡ ਠੀਕ ਹੈ ਇਸ ਦੇ ਵਿੱਚ ਇਸ ਤਰ੍ਹਾਂ ਪੁੱਛਿਆ ਗਿਆ ਕਿ ਭਾਰਤ ਦਾ ਰੈਂਕ ਕਿੰਨਵਾ ਰਿਹਾ ਰਾਸ਼ਟਰੀ ਮਡਲ ਜੋ ਖੇਡਾਂ ਹੋਈਆਂ ਸੋ ਗੇਮਸ ਦੇ ਵਿੱਚੋਂ ਕਾਫੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆ ਰਹੇ ਹਨ ਹਰੇਕ ਸ਼ਿਫਟ ਵਿੱਚ ਘੱਟੋ ਘੱਟ 2 ਜਾਂ 3 ਕੁਐਸਚਨ ਗੇਮਸ ਨਾਲ ਰਿਲੇਟਡ ਹੁੰਦੇ ਆ। ਸੋ ਪਿਛਲੀਆਂ ਜੋ 2-3 ਸਾਲਾਂ ਦੇ ਵਿੱਚ ਗੇਮਸ ਨਾਲ ਰਿਲੇਟਡ ਇਵੈਂਟ ਹੋਏ ਆ ਉਹ ਸਾਰੇ ਕਰਕੇ ਜਾਇਓ ਠੀਕ ਹੈ। ਇਹਨਾਂ ਵਿੱਚੋਂ ਹੀ ਕੁਐਸਚਨ ਆ ਰਹੇ ਆ। ਭਾਰਤ ਚੌਥੇ ਸਥਾਨ ਦੇ ਉੱਤੇ ਰਿਹਾ ਤੇ ਕੁੱਲ ਕਿੰਨੇ ਮੈਡਲ ਜਿੱਤੇ ਕਿੰਨੇ ਤਕਮੇ ਜਿੱਤੇ ਅਗਲੀ ਸ਼ਿਫਟ ਵਿੱਚ ਇਹ ਕੁਐਸਚਨ ਆ ਸਕਦਾ ਏ ਤਾਂ ਭਾਰਤ ਨੇ ਕੁੱਲ 61 ਤੱਕ ਮੈਂ ਜਿੱਤੇ ਇਹਨਾਂ ਖੇਡਾਂ ਦੇ ਵਿੱਚ 22 ਸੋਨੇ ਦੇ ਜਿੱਤੇ 16 ਚਾਂਦੀ ਦੇ ਤੇ 23 ਕਾਂਸੀ ਦੇ ਠੀਕ ਹੈ 61 ਟੋਟਲ ਜਿੱਤੇ ਐ ਤੇ ਇਹ ਖੇਡਾਂ ਕਿੱਥੇ ਹੋਈਆਂ ਬਰਮਿੰਗਮ ਇੰਗਲੈਂਡ ਦੇ ਵਿੱਚ ਇਹ ਖੇਡਾਂ ਹੋਈਆਂ ਤੇ ਆਸਟ੍ਰੇਲੀਆ ਟੌਪ ਦੇ ਉੱਤੇ ਰਿਹਾ 178 ਮੈਡ ਲਾਣ ਦੇ ਨਾਲ ਠੀਕ ਹੈ ਸੋ ਤਿੰਨ ਚਾਰ ਕੁਐਸਚਨ ਇਹਨਾਂ ਨਾਲ ਰਿਲੇਟਡ ਬਣਗੇ ਰਾਸ਼ਟਰ ਮੰਡਲ ਖੇਡਾਂ ਨਾਲ ਸੋ ਜ਼ਰੂਰ ਇਹ ਕਰ ਲੋ ਠੀਕ ਹੈ ਕਿੱਥੇ ਇਹ ਖੇਡਾਂ ਹੋਈਆਂ ਬਰਮਿੰਗਮ ਇੰਗਲੈਂਡ ਦੇ ਵਿੱਚ ਇਹ ਖੇਡਾਂ ਹੋਈਆਂ 2022 ਦੀਆਂ ਰਾਸ਼ਟਰੀ ਲਡਾ ਲਖੇਡਾਂ ਤੇ ਇੰਡੀਆ ਨੇ 61 ਕਾਮ ਤਗਮੇ ਜਿੱਤੇ ਤੇ ਚੌਥੇ ਸਥਾਨ ਦੇ ਉੱਤੇ ਇੰਡੀਆ ਰਿਹਾ ਮੈਡਲ ਸੂਚੀ ਦੇ ਵਿੱਚ ਨੈਕਸਟ ਆਰਟੀਕਲ 6 ਠੀਕ ਹੈ ਜਿਵੇਂ ਮੈਂ ਦੱਸਿਆ ਕਿ ਨਾਗਰਿਕਤਾ ਦੇ ਜੋ ਆਰਟੀਕਲ ਆ ਉਹ ਕੱਲੇ-ਕੱਲੇ ਅਲੱਗ-ਅਲੱਗ ਸ਼ਿਫਟਾਂ ਦੇ ਵਿੱਚ ਪੁੱਛੇ ਜਾ ਰਹੇ ਆ 5 ਤੋਂ 11 ਸੋ ਆਰਟੀਕਲ 6 ਦੇ ਵਿੱਚ ਕੀ ਹੈ ਇਹ ਜਿਹੜਾ ਆਰਟੀਕਲ ਹੈ ਉਹਨਾਂ ਵਿਅਕਤੀਆਂ ਦੀ ਨਾਗਰਿਕਤਾ ਬਾਰੇ ਗੱਲ ਕਰਦਾ ਹੈ ਜੋ ਭਾਰਤ ਤੇ ਪਾਕਿਸਤਾਨ ਦੀ ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਆ ਗਏ ਸਨ ਠੀਕ ਹੈ ਸੋ ਜਿਹੜੇ ਨਾਗਰਿਕ ਵੰਡ ਦੇ ਦੌਰਾਨ ਪਾਕਿਸਤਾਨ ਤੋਂ ਭਾਰਤ ਆਏ ਤਾਂ ਉਹਨਾਂ ਦੀ ਗੱਲ ਇਸ ਆਰਟੀਕਲ ਦੇ ਵਿੱਚ ਕੀਤੀ ਗਈ ਹੈ ਨੈਕਸਟ ਕੁਐਸਚਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਥਾਨ ਨਾਲ ਰਿਲੇਟਡ ਕੁਐਸਚਨ ਪੁੱਛਿਆ ਗਿਆ ਸੀ ਇਸ ਦੀ ਆਪਸ਼ਨਾਂ ਮੈਨੂੰ ਨਹੀਂ ਪਤਾ ਲੱਗੀਆਂ ਠੀਕ ਹੈ ਪਰ ਫਿਰ ਵੀ ਮੈਂ ਤੁਹਾਨੂੰ ਇਹ ਕਰਵਾ ਦਿੰਦਾ ਹਾਂ ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਪੁਸਤਕ ਹੈ ਜਿਸ ਨੂੰ 1926 ਵਿੱਚ ਭਾਈ ਵੀਰ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ ਸੀ ਇਸ ਵਿੱਚ ਕੁੱਲ 57 ਸਾਖੀਆਂ ਹਨ ਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸਭ ਤੋਂ ਪੁਰਾਣੀ ਪੁਸਤਕ ਮੰਨੀ ਜਾਂਦੀ ਹੈ ਠੀਕ ਹੈ ਨੈਕਸਟ ਕੁਐਸਚਨ ਚਿਰਾਗ ਯੋਜਨਾ ਨਾਲ ਰਿਲੇਟਡ ਕੁਸ਼ਨ ਆਇਆ ਸੀ ਪੇਪਰ ਦੇ ਵਿੱਚ ਕਿਹੜੇ ਰਾਜ ਨੇ ਸ਼ੁਰੂ ਕੀਤੀ ਹੈ ਹਰਿਆਣਾ ਨੇ ਵਿਦਿਆਰਥੀਆਂ ਲਈ ਇਹ ਯੋਜਨਾ ਸ਼ੁਰੂ ਕੀਤੀ ਹੈ ਠੀਕ ਹੈ ਨੈਕਸਟ ਆ ਗਿਆ ਅ ਜੋ ਆਟਾ ਦਾਲ ਸਕੀਮ ਹੈ ਠੀਕ ਹੈ ਉਸ ਦਾ ਕੋਈ ਨਾਮ ਬਦਲ ਕੇ ਰੱਖਿਆ ਗਿਆ ਇਸ ਤਰ੍ਹਾਂ ਦਾ ਕੁਸ਼ਨ ਆਇਆ ਠੀਕ ਹੈ ਸਮਾਰਟ ਰੈਸ਼ਨ ਕਾਰਡ ਸਕੀਮ ਇਸ ਸਕੀਮ ਦਾ ਨਾਮ ਬਦਲ ਕੇ ਰੱਖਿਆ ਗਿਆ ਸਕੀਮਾਂ ਨਾਲ ਰਿਲੇਟਡ ਕੁਐਸਚਨ ਬਹੁਤ ਆ ਰਹੇ ਆ ਕਮੇਟੀਆਂ ਨਾਲ ਰਿਲੇਟਡ ਕੁਐਸਚਨ ਆ ਰਹੇ ਆ ਪੇਪਰ ਦੇ ਵਿੱਚ ਠੀਕ ਹੈ ਬਾਕੀ ਜੋ ਸੰਵਿਧਾਨ ਦੇ ਵਿੱਚ ਸੋਧਾਂ ਹੋਈਆਂ ਉਸ ਨਾਲ ਰਿਲੇਟਡ ਕੁਐਸਚਨ ਆ ਰਹੇ ਆ ਸਿਟੀਜ਼ਨਸ਼ਿਪ ਨਾਲ ਰਿਲੇਟਡ ਕੁਐਸਚਨ ਹਰੇਕ ਸ਼ਿਫਟ ਦੇ ਵਿੱਚ ਆ ਹੀ ਰਹੇ ਆ ਇੱਕ ਅੱਧੀ ਸ਼ਿਫਟ ਹੋਊਗੀ ਜਿਸ ਦੇ ਵਿੱਚ ਨਾ ਆਵੇ ਠੀਕ ਹੈ ਸੋ ਪੋਲਿਟੀ ਜ਼ਿਆਦਾ ਆ ਰਹੀ ਹੈ ਪੇਪਰ ਦੇ ਵਿੱਚ ਪੋਲਿਟੀ ਅਤੇ ਕਰੰਟ ਅਫੇਅਰ ਪੰਜਾਬ ਜੀਕੇ ਦੇ ਤਾਂ ਮੈਕਸਿਮਮ ਮੁਸ਼ਕਲ ਨਾਲ ਹੀ 4 ਕੁ ਕੁਐਸਚਨ ਆ ਰਹੇ ਆ ਉਹ ਵੀ ਬਹੁਤ ਮੁਸ਼ਕਲ ਨਾਲ ਠੀਕ ਹੈ ਸੋ TCS ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹ ਪੇਪਰ ਸੈੱਟ ਕਰ ਰਿਹਾ ਬਿਲਕੁਲ ਵੀ ਪੈਟਰਨ ਇਹ ਬਣਦਾ ਨਹੀਂ ਸਿਲੇਬਸ ਦੇ ਅਕੋਰਡਿੰਗ ਠੀਕ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਥੋੜਾ ਬਹੁਤਾ ਕੰਟਰੋਲ ਕਰੇ ਇਹਨਾਂ ਦੇ ਉੱਤੇ ਕਿਉਂਕਿ ਬਹੁਤ ਹੀ ਗਲਤ ਇਹ ਕਰ ਰਹੇ ਆ ਕੁਝ ਕੈਂਡੀਡੇਟ ਤਾਂ ਇਹ ਦੱਸ ਰਹੇ ਕਿ 2015 ਦੇ ਕਰੰਟ ਅਫੇਅਰ ਪਾਤੇ ਇਹਨਾਂ ਨੇ ਇੱਕ ਦੋ ਕੁਐਸਚਨ ਆਏ ਹੋਣੇ ਪੁਰਾਣੇ ਕਾਫੀ 2015 ਦੇ 2017 ਦੇ ਸੋ ਕਰੰਟ ਅਫੇਅਰ ਦਾ ਮਤਲਬ ਹੁੰਦਾ ਹੈ ਕਰੰਟ ਮੁੱਦੇ ਜੋ ਮੌਜੂਦਾ ਮੁੱਦੇ ਚੱਲ ਰਹੇ ਆ ਤੁਸੀਂ ਘੱਟ ਤੋਂ ਘੱਟ 6 ਮਹੀਨੇ ਦੇ ਕਰੰਟ ਅਫੇਅਰ ਪਾ ਦਿਓ ਚਲੋ 6 ਦੇ ਨਹੀਂ ਪਾਉਣੇ 8 ਦੇ ਪਾ ਦਿਓ 10 ਦੇ ਪਾ ਦਿਓ ਚਲੋ 1 ਸਾਲ ਦੇ ਮੰਨ ਲੈਂਦੇ ਆ 1 ਸਾਲ ਦੇ ਤੁਸੀਂ ਪੁਰਾਣੇ ਕਰੰਟ ਅਫੇਅਰ ਪਾ ਦਿਓ ਕੋਈ ਚੱਕਰ ਨਹੀਂ ਹੈ ਸਾਰੇ ਬੱਚੇ ਇੰਨੇ ਦਾ ਪੜ੍ਹ ਲੈਣੇ ਆ ਪੁਰਾਣੇ 1 ਸਾਲ ਦੇ ਪਰ 2015 ਦੇ 2020 ਦੇ 2021 ਦੇ ਕਰੰਟ ਅਫੇਅਰ ਪਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਕਿਉਂਕਿ ਇਹ ਫਿਰ ਇਹ ਤਾਂ ਜੀਕੇ ਦੇ ਵਿੱਚ ਕਾਊਂਟ ਹੋ ਗਏ ਕਰੰਟ ਅਫੇਅਰ ਬਣਦੇ ਹੀ ਨਹੀਂ ਕਰੰਟ ਅਫੇਅਰ ਦਾ ਮਤਲਬ ਹੁੰਦਾ ਕਰੰਟ ਮੁੱਦੇ ਠੀਕ ਹੈ ਸੋ ਪਤਾ ਨਹੀਂ ਕੌਣ ਉੱਥੇ ਪੇਪਰ ਸੈੱਟ ਕਰਦਾ ਏ ਚਲੋ ਸੋ ਇਸ ਤਰ੍ਹਾਂ ਦੇ ਇਹ ਪੋਲਿਟੀ ਵਗੈਰਾ ਦੇ ਜੀਕੇ ਦੇ ਕੁਐਸਚਨ ਪੇਪਰ ਦੇ ਵਿੱਚ ਆਏ ਆ ਬਾਕੀ ਮੈਥ ਰੀਜ਼ਨਿੰਗ ਦੇ ਉਹੀ ਟੌਪਿਕ ਜੋ ਹੋਰ ਸ਼ਿਫਟਾਂ ਦੇ ਵਿੱਚ ਆ ਰਹੇ ਆ ਬਲੈਡਰ ਰਿਲੇਸ਼ਨ ਹੋ ਗਿਆ ਨੰਬਰ ਸੀਰੀਜ਼ ਹੋ ਗਿਆ ਲੈਟਰ ਸੀਰੀਜ਼ ਹੋ ਗਿਆ ਸੀਟਿੰਗ ਅਰੇਂਜਮੈਂਟ ਹੋ ਗਿਆ ਇਹ ਸਾਰਾ ਕੁਝ ਆ ਰਿਹਾ ਪ੍ਰੋਫਿਟ ਲਾਸ ਹੋ ਗਿਆ ਟਾਈਮ ਐਂਡ ਵਰਕ ਹੋ ਗਿਆ ਟਾਈਮ ਐਂਡ ਡਿਸਟੈਂਸ ਹੋ ਗਿਆ ਮੈਥ ਦੇ ਟੋਪਿਕ ਤੇ ਰੀਜ਼ਨਿੰਗ ਦੇ ਟੋਪਿਕ ਸਾਰੇ ਉਹੀ ਰਿਪੀਟ ਹੋ ਰਹੇ ਆ ਕਿਸੇ ਸ਼ਿਫਟ ਵਿੱਚ ਸੀਟਿੰਗ ਅਰੇਂਜਮੈਂਟ ਆ ਜਾਂਦਾ ਕਿਸੇ ਦੇ ਵਿੱਚ ਅ ਨੰਬਰ ਸੀਰੀਜ਼ ਅਲਫਾਨੂਮੈਰਿਕ ਸੀਰੀਜ਼ ਆ ਜਾਂਦੀ ਹੈ ਠੀਕ ਹੈ ਕਿਸੇ ਕਿਸੇ ਸ਼ਿਫਟ ਵਿੱਚ ਜ਼ਿਆਦਾ ਕੁਐਸਚਨ ਸੀਟਿੰਗ ਅਰੇਂਜਮੈਂਟ ਦੇ ਆ ਜਾਂਦੇ ਆ ਸੋ ਮੈਥ ਰੀਜ਼ਨਿੰਗ ਦਾ ਹੋਈ ਹੈ ਤੇ ਕੰਪਿਊਟਰ ਦੀ ਜੇ ਗੱਲ ਕਰੀਏ ਆਪਾਂ ਕੰਪਿਊਟਰ ਦੇ ਵਿੱਚ ਫੁੱਲ ਫਾਰਮਸ ਆ ਰਹੀਆਂ ਸ਼ੋਰਟਕਟ ਕੀਜ਼ ਆ ਰਹੀਆਂ ਠੀਕ ਹੈ ਬਾਕੀ ਜੋ ਬੇਸਿਕ ਜਾਣਕਾਰੀ ਹੈ ਕੰਪਿਊਟਰ ਨਾਲ ਰਿਲੇਟਡ ਮੈਮਰੀ ਨਾਲ ਰਿਲੇਟਡ ਇਸ ਤਰ੍ਹਾਂ ਦੇ ਕੁਐਸ਼ਨ ਪੁੱਛੇ ਜਾ ਰਹੇ ਆਂ ਆਪਰੇਟਿੰਗ ਸਿਸਟਮ ਨੂੰ ਲੈ ਕੇ ਕੁਐਸ਼ਨ ਪੁੱਛਿਆ ਗਿਆ ਸੀ ਕਿ ਇਹਨਾਂ ਵਿੱਚੋਂ ਕਿਹੜਾ ਆਪਰੇਟਿੰਗ ਸਿਸਟਮ ਹੈ ਕਿਹੜਾ ਨਹੀਂ ਹੈ ਕੁਝ ਇਸ ਤਰ੍ਹਾਂ ਦਾ ਕੁਐਸ਼ਨ ਪੁੱਛਿਆ ਗਿਆ ਕੰਪਿਊਟਰ ਦਾ ਠੀਕ ਹੈ ਸੋ ઓਪਰੇਟਿੰਗ ਸਿਸਟਮ ਕੀ ਹੁੰਦਾ ਆਪਣੇ ਫੋਨ ਦੇ ਵਿੱਚ ਕਿਹੜਾ ਚੱਲ ਰਿਹਾ ਜਿਨ੍ਹਾਂ ਕੋਲ Android ਫੋਨ ਹੈ ਤਾਂ ਉਹਨਾਂ ਦੇ ਵਿੱਚ Android ઓਪਰੇਟਿੰਗ ਸਿਸਟਮ ਚੱਲ ਰਿਹਾ ਜਿਨ੍ਹਾਂ ਕੋਲ iPhone ਹੈ ਉਹਨਾਂ ਦੇ ਵਿੱਚ iOS ઓਪਰੇਟਿੰਗ ਸਿਸਟਮ ਚੱਲ ਰਿਹਾ ਠੀਕ ਹੈ ਤੇ ਆਪਣਾ ਕੰਪਿਊਟਰ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਹੁੰਦੇ ਆ Windows ਹੋ ਗਈਆਂ ਸਾਰੀਆਂ ਆਪਣੀਆਂ Windows 11 ਹੋਗੀ 10 ਹੋਗੀ Windows Vista ਹੋਗੀ ਪੁਰਾਣੀਆਂ Windows XP ਹੋਗੀ ਇਹ ਸਾਰੇ ઓਪਰੇਟਿੰਗ ਸਿਸਟਮ ਆ ਠੀਕ ਹੈ ਇੰਨਾ ਕੁ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਕਿਹੜਾ ኦਪਰੇਟਿੰਗ ਸਿਸਟਮ ਹੈ ਜਾਂ ਨਹੀਂ ਬਾਕੀ ਪੁਰਾਣੇ ਫੋਨਾਂ ਦੇ ਵਿੱਚ ਜੋ ኦਪਰੇਟਿੰਗ ਸਿਸਟਮ ਆਉਂਦੇ ਸੀ ਉਹ ਵੀ ਇੱਕ ਵਾਰ ਪੜ ਲਿਓ ਕਈ ਵਾਰ ਉਹ ਪਾ ਦਿੰਨੇ ਆ ਫਿਰ ਉੱਥੇ ਆਪਾਂ ਕਨਫਿਊਜ਼ ਹੋ ਜਾਂਦੇ ਆ ਠੀਕ ਹੈ ਪੁਰਾਣੇ ਜੋ ਅੱਜ ਤੋਂ ਲਗਭਗ 10 ਕੁ ਸਾਲ ਪਹਿਲਾਂ ਫੋਨ ਆਏ ਉਹਨਾਂ ਦੇ ኦਪਰੇਟਿੰਗ ਸਿਸਟਮ ਅ ਅਲੱਗ ਸੀ ਠੀਕ ਹੈ ਸੋ ਇਹ ਸਾਰੇ ਪੜ ਲਿਓ ਇੱਕ ਵਾਰੀ ਠੀਕ ਹੈ ਬਾਕੀ ਇੰਗਲਿਸ਼ ਵੀ ਆਸਾਨ ਆ ਰਹੀ ਹੈ ਕੋਈ ਜ਼ਿਆਦਾ ਔਖੀ ਨਹੀਂ ਤੇ ਪੰਜਾਬੀ ਦਾ ਜੋ ਪੇਪਰ 50 ਨੰਬਰ ਦਾ ਇਹ ਤਾਂ ਤੀਜੀ ਚੌਥੀ ਦਾ ਬੱਚਾ ਵੀ ਕਰ ਲੂਗਾ ਇਹੋ ਜਿਹਾ ਪੇਪਰ ਆ ਰਿਹਾ ਪਤਾ ਨਹੀਂ ਕੀ ਸੋਚ ਕੇ TCS ਇਹ ਪੇਪਰ ਪਾ ਰਿਹਾ ਹੈ ਕੋਈ ਮਤਲਬ ਨਹੀਂ ਬਣਦਾ ਇਸ ਤਰ੍ਹਾਂ ਦਾ ਕੁਐਸਚਨ ਪਾਉਣ ਦਾ ਕਿ ਐਤਵਾਰ ਤੋਂ ਪਹਿਲਾਂ ਕਿਹੜਾ ਦਿਨ ਆਉਂਦਾ ਬੁੱਧਵਾਰ ਤੋਂ ਬਾਅਦ 2 ਦਿਨ ਬਾਅਦ ਕਿਹੜਾ ਦਿਨ ਆਉਂਦਾ ਇਹ ਤਾਂ ਕੋਈ ਸੈਂਸ ਬਣਦੀ ਨਹੀਂ ਹੈ ਪੰਜਾਬੀ ਦਾ ਪੇਪਰ ਲੈਣ ਦਾ ਕੋਈ 0% ਜਿਹੜਾ ਫਾਇਦਾ ਉਹ ਹੋਊਗਾ ਪੰਜਾਬ ਦੇ ਬੱਚਿਆਂ ਨੂੰ ਇਸ ਪੇਪਰ ਲੈਣ ਦਾ ਕਿਉਂਕਿ ਪੇਪਰ ਹੀ ਇੰਨਾ ਆਸਾਨ ਪਾਤਾ ਤੁਸੀਂ ਥੋੜਾ ਜਆ ਜੋ ਬੱਚਿਆਂ ਨੇ ਪੜਿਆ 10ਵੀਂ ਤੱਕ ਥੋੜਾ ਜਆ ਲੈਵਲ ਤਾਂ ਰੱਖੋ 10ਥ ਲੈਵਲ ਦਾ ਲੈਵਲ ਰੱਖਣਾ ਚਾਹੀਦਾ ਠੀਕ ਹੈ ਪਰ ਬਿਲਕੁਲ ਹੀ TCS ਪਤਾ ਨਹੀਂ ਕੀ ਕਰ ਰਿਹਾ ਜਾਂ ਇਹਨਾਂ ਦੇ ਕੋਈ ਚਾਲ ਹੈ ਪਤਾ ਨਹੀਂ ਕੀ ਹੈ ਠੀਕ ਹੈ ਸੋ ਸਰਕਾਰ ਨੂੰ ਵੀ ਇਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਏ ਚਲੋ ਸਰਕਾਰ ਅ ਪੋਸਟਾਂ ਵਧੀਆ ਕੱਟ ਰਹੀ ਹੈ ਹਰ ਇੱਕ ਸਾਲ ਪੋਸਟਾਂ ਆਉਣਗੀਆਂ ਪੰਜਾਬ ਪੁਲਿਸ ਦੇ ਵਿੱਚ ਹੋਰ ਵੀ ਕਾਫੀ ਪੋਸਟਾਂ ਆ ਰਹੀਆਂ ਭਗਵੰਤਮਾਨ ਨੇ ਐਲਾਨ ਵੀ ਕੀਤਾ ਹੈ 15 ਅਗਸਤ ਨੂੰ ਕਿ ਪੁਲਿਸ ਦੇ ਵਿੱਚ ਨਵੀਂ ਭਰਤੀ ਵੀ ਆਊਗੀ ਠੀਕ ਹੈ ਪਰ ਇਹਨਾਂ ਚੀਜ਼ਾਂ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਪੱਲਾ ਨਹੀਂ ਝਾੜਨਾ ਚਾਹੀਦਾ ਕਿ ਕਿਸੇ ਏਜੰਸੀ ਨੂੰ ਅ ਠੇਕਾ ਦੇ ਤਾਂ ਕਿ ਤੁਸੀਂ ਪੇਪਰ ਲੈਣਾ ਉਸ ਤੋਂ ਬਾਅਦ ਜੋ ਪ੍ਰੋਬਲਮਸ ਹੈ ਸਰਕਾਰ ਤੱਕ ਵੀ ਜਾਣਕਾਰੀ ਪਹੁੰਚਦੀ ਹੈ ਇਹ ਨਹੀਂ ਹੈ ਕਿ ਪਹੁੰਚਦੀ ਨਹੀਂ ਠੀਕ ਹੈ ਸੋ ਸਾਰੀ ਜਾਣਕਾਰੀ ਹੈ ਸਰਕਾਰ ਕੋਲ ਵੀ ਪਰ ਉਹਨਾਂ ਨੂੰ ਐਕਸ਼ਨ ਛੇਤੀ ਲੈਣਾ ਚਾਹੀਦਾ ਹੈ ਠੀਕ ਹੈ ਤਾਂ ਜੋ ਇਸ ਤਰ੍ਹਾਂ ਨਾ ਹੋਵੇ ਤੇ ਸਹੀ ਤਰੀਕੇ ਨਾਲ ਜਿਹੜੀ ਭਰਤੀ ਆ ਇਹੋ ਹੋ ਸਕੇ ਠੀਕ ਹੈ ਬਾਕੀ ਅਗਲੀਆਂ ਸ਼ਿਫਟਾਂ ਦਾ ਕੀ ਹਾਲ ਰਹੂਗਾ ਉਹ ਸਾਰਾ ਕੁਝ ਦੱਸੂਗਾ ਨੰਬਰ ਦੇ ਉੱਤੇ ਮੈਸੇਜ ਕਰ ਲਓ ਟੈਲੀਗ੍ਰam ਜੁਆਇਨ ਕਰ ਲਓ ਧੰਨਵਾਦ